ਵਿਚ ਵਸਦੇ 5 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਪੁਲੇਖਾ ਟੀਵੀ ਜੋ ਪੁਲੇਖਾ ਨਹੀਂ ਪਾਉਂਦਾ ਰਹਿ ਪਾਉਂਦਾ ਹੈ ਤੁਹਾਡਾ ਮਨਪਸੰਦ ਪੁਲੇਖਾ ਟੀਵੀ ਤੇ ਪੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ ਕੱਲੇ ਹੈ ਕਿ ਯੂਨੋ ਵੱਲੋਂ ਹਰ ਸਾਲ 18 ਜੁਲਾਈ ਤੋਂ ਲੈ ਕੇ 22 ਜੁਲਾਈ ਦੇ ਦਰਮਿਆਨ ਹਫ਼ਤਾ ਆਬਾਦੀ ਬਣਾਇਆ ਜਾਂਦਾ ਹੈ ਇਹ ਹਫ਼ਤਾ ਮਨਾਉਣ ਦੀ ਵੱਡੀ ਵਜ੍ਹਾ ਇਹ ਹੈ ਕਿ ਇਸ ਵੇਲੇ ਇਸ ਦੁਨੀਆ ਦੀ ਆਬਾਦੀ 8 ਕਰੋੜ ਤੋਂ ਕਿਤੇ ਵੱਧ 8 ਕਰੋੜ ਤੋਂ ਨਿਕਲ ਜਾ ਇੱਕ ਇਨਸਾਨ ਐਸ ਵੇਲੇ ਦੁਨੀਆ ਦੀ ਆਬਾਦੀ 8 ਅਰਬ ਤੋਂ ਵੱਧ ਹੋ ਚੁੱਕੀ ਹੈ ਤੇ ਇਨਸਾਨੀ ਵਸਾਇਲ ਉਹਨੇ ਨਈ ਹਨ ਕਿ ਉਹ 8 ਅਰਬ ਦੀ ਇਸ ਆਬਾਦੀ ਨੂੰ ਸੰਭਾਲ ਸਕਣ। ਲਿਆਜ਼ਾ ਹੋ ਕੀ ਰਿਹਾ ਹੈ। ਹੋ ਇਹ ਰਿਹਾ ਹੈ ਕਿ ਕੁਦਰਤੀ ਤੌਰ ਤੇ ਜਿਹੜੀਆਂ ਸਬਜ਼ੀਆਂ ਜਿਹੜੇ ਫਲ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਸਨ। ਜਿਨ੍ਹਾਂ ਵਿੱਚ ਕੁਦਰਤੀ ਖਾਦ ਦਾ ਸਾਰਾ ਲਿਆ ਜਾਂਦਾ ਸੀ। ਕਿਸੇ ਸਪਰੇ ਦਾ ਕਿਸੇ ਦਵਾਈ ਦਾ ਇਹ ਕਿਸੇ ਮਸਲੂਈ ਤਰੀਕੇ ਦਾ ਸਾਰਾ ਨਹੀਂ ਲਿਆ ਜਾਂਦਾ ਸੀ ਉਹ ਹੁਣ ਦਿੱਤਾ ਜਾ ਰਿਹਾ ਹੈ ਤਾਂ ਕਿ ਆਬਾਦੀ ਤੇ ਖੁਰਾਕ ਦੇ ਵਿੱਚ ਜੋ ਤਨਾਸਬ ਬੰਦਾ ਹੈ ਉਹ ਬਰਕਰਾਰ ਰਹੇ ਐਸ ਲਈ ਕਿ ਜੇ ਖੁਰਾਕ ਘਟਦੀ ਹੈ ਦੁਨੀਆ ਦੇ ਉੱਤੇ ਖੁਰਾਕ ਦੀ ਕਮੀ ਹੁੰਦੀ ਹੈ ਤੇ ਇਨਸਾਨ ਤੇ ਪਲਵਾਨ ਜੀ ਫਿਰਵੇਂ ਫੁੜਕ ਜਾਣਾ ਹੈ ਧਿਆਜ਼ਾ ਇਨਸਾਨ ਨੂੰ ਜ਼ਿੰਦਾ ਰੱਖਣ ਲਈ ਇਸ ਕੁਰਸੇ ਅਰਸ਼ ਤੇ ਮੌਜੂਦ 8 ਅਰਬ ਤੋਂ ਵੱਧ ਆਬਾਦੀ ਨੂੰ ਸਲਾਮਤ ਰੱਖਣ ਲਈ ਇਹ ਜ਼ਰੂਰੀ ਹੈ ਕਿ ਰਿਸਕ ਦੇ ਵਸੀਲੇ ਉਹਦੀ ਖੁਰਾਕ ਦੇ ਵਸੀਲੇ ਵਧਾਏ ਜਾਣ ਤੇ ਖੁਰਾਕ ਦੇ ਵਸੀਲੇ ਵਧਾਣ ਲਈ ਹੋਰ ਕੋਈ ਰਸਤਾ ਨਹੀਂ ਸਿਵਾਏ ਇੱਕ ਮਸਲੂਈ ਰਸਤੇ ਦੇ ਕਿ ਤੁਸੀਂ ਖਾਦ ਪਾਈ ਜਾਓ ਤੁਸੀਂ ਬੀਜਾਂ ਤੇ ਜ਼ਹਿਰ ਲਾਈ ਜਾਓ ਤੁਸੀਂ ਸਪਰੇਅ ਕਰੀ ਜਾਓ ਤੇ ਨਸ਼ਟ ਮਾਰਦੇ ਹੋ ਤੁਸੀਂ ਵੇਖ ਲਓ ਕਿ ਐਸ ਵੇਲੇ ਜੋ ਵੀ ਫਲ ਹੋ ਰਹੇ ਨੇ ਸਬਜ਼ੀਆਂ ਹੋ ਰਹੀਆਂ ਨੇ ਜਾਂ ਕੋਈ ਹੋਰ ਫਸਲਾਂ ਹੋ ਰਹੀਆਂ ਨੇ ਉਹਨਾਂ ਦੀਆਂ ਸ਼ਕਲਾਂ ਬਦਲ ਗਈਆਂ ਨੇ ਇਸ ਲਈ ਕਿ ਜਦੋਂ ਵੀ ਕੋਈ ਜਿੰਸ ਮਸਨੂਈ ਤੌਰ ਤੇ ਉਗਾਈ ਜਾਂਦੀ ਹੈ ਭਾਵੇਂ ਉਹ ਫਲ ਨੇ ਭਾਵੇਂ ਉਹ ਸਬਜ਼ੀਆਂ ਨੇ ਭਾਵੇਂ ਉਹ ਫਸਲਾਂ ਨੇ ਉਹਨਾਂ ਦੀ ਨਾ ਸਿਰਫ ਇਹ ਹੈ ਕਿ ਸ਼ਕਲਾਂ ਬਦਲ ਜਾਂਦੀਆਂ ਨੇ ਬਲਕਿ ਉਹਨਾਂ ਦੀ ਗਜ਼ਾਈਅਤ ਵੀ ਘਟ ਜਾਂਦੀ ਹੈ ਦੂਜੇ ਲਫ਼ਜ਼ਾਂ ਚ ਇਹ ਸਮਝ ਲਓ ਕਿ ਮੁਕਦਾਰ ਵੱਧ ਜਾਂਦੀ ਹੈ ਮਿਆਰ ਘਟ ਜਾਂਦਾ ਹੈ ਇਸ ਕਟਿਏ ਹੋਏ ਮਿਆਰ ਦਾ ਫਰਕ ਕੀ ਪੈਂਦਾ ਹੈ ਇਸ ਕਟਿਏ ਹੋਏ ਮਿਆਰ ਦਾ ਫਰਕ ਇਹ ਪੈਂਦਾ ਹੈ ਕਿ ਇਨਸਾਨੀ ਸਿਹਤ ਹੋਲੀ ਹੋਲੀ ਨਾ ਸਿਰਫ ਇਹ ਕਿ ਨਵੀਆਂ ਬਿਮਾਰੀਆਂ ਦੇ ਦੇ ਜਦ ਵਿੱਚ ਆ ਜਾਂਦੀਆਂ ਨੇ ਬਲਕਿ ਅਜੀਬੋ ਗਰੀਬ ਕਿਸਮ ਦੀਆਂ ਹੋਰ ਬਿਮਾਰੀਆਂ ਵੀ ਇੱਥੇ ਪੈਦਾ ਹੋ ਜਾਂਦੀਆਂ ਨੇ ਤੇ ਫਸਲਾਂ ਦੇ ਵਿੱਚ ਸਪਰੇਅ ਸੁੱਟਣ ਨਾਲ ਖਾਲ ਸੁੱਟਣ ਦੇ ਨਾਲ ਜੋ ਰਵਾਇਤੀ ਕਿਸਮ ਦੇ ਪੁਰਾਣੇ ਕੀੜੇ ਸਨ ਉਹਨਾਂ ਦੀ ਥਾਂ ਨਵੀਂ ਕਿਸਮ ਦੇ ਕੀੜੇ ਨਵੀਂ ਕਿਸਮ ਦੀਆਂ ਬਿਮਾਰੀਆਂ ਉਹ ਪੈਦਾ ਹੋ ਜਾਂਦੀਆਂ ਨੇ ਉਹ ਬਿਮਾਰੀਆਂ ਨਾ ਸਿਰਫ ਉਸ ਫਸਲ ਨੂੰ ਨੁਕਸਾਨ ਦਿੰਦੀਆਂ ਨੇ ਬਲਕਿ ਉਹ ਬਿਮਾਰੀਆਂ ਉਸ ਫਸਲ ਦੇ ਰਾਹੀਂ ਇਨਸਾਨ ਤੱਕ ਵੀ ਪਹੁੰਚਦੀਆਂ ਨੇ ਹੁਣ ਸਾਡੇ ਹਾਂ ਪ੍ਰੋਬਲਮ ਕੀ ਹੈ ਸਾਡੇ ਹਾਂ ਪ੍ਰੋਬਲਮ ਇਹ ਹੈ ਕਿ ਨਾ ਤੇ ਇੱਥੇ ਬੁਨਿਆਦੀ ਹੈਲਥ ਯੂਨਿਟਸ ਉ ਉਸੇ ਹਿਸਾਬ ਦੇ ਨਾਲ ਨੇ ਜਿਸ ਹਿਸਾਬ ਨਾਲ ਹੋਣੇ ਚਾਹੀਦੇ ਨੇ ਕਿ ਜਿੱਥੇ ਜਾ ਕੇ ਪਿੰਡ ਦੇ ਵਿੱਚ ਜੇ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੁੰਦਾ ਹੈ ਤੇ ਉਹ ਜਾ ਕੇ ਇਫਤਦਾਈ ਤੇ ਵੀ ਇਮਦਾਨ ਲੈ ਸਕੇ ਤੇ ਸਾਡੇ ਇੱਥੇ ਜਿੰਨੇ ਵੀ ਸਾਡੇ ਆਧਾਰੀ ਮੌਜੂਦ ਨੇ ਸਿੱਧ ਤੁਸੀਂ ਪਿੰਡ ਦੀ ਕਿਸੇ ਵੀ ਡਿਸਪੈਂਸਰੀ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਹਰ ਸ਼ੈ ਲੱਭੇਗੀ ਸਵੇ ਦਵਾਈਆਂ ਦੇ ਤੁਹਾਨੂੰ ਪਿੰਡ ਦੀ ਡਿਸਪੈਂਸਰੀ ਦੇ ਵਿੱਚ ਸਰਕਾਰੀ ਡਿਸਪੈਂਸਰੀ ਦੇ ਵਿੱਚ ਹਰ ਸ਼ੈ ਲੱਭੇਗੀ ਸੁਆ ਡਾਕਟਰ ਦੇ ਐਸ ਲਈ ਕਿ ਜੋ ਉਸ ਇਲਾਕੇ ਦਾ ਉਸ ਡਿਸਪੈਂਸਰੀ ਜਿਸ ਇਲਾਕੇ ਦੇ ਵਿੱਚ ਹੈ ਜੋ ਉਥੋਂ ਦਾ ਜ਼ਿੰਮੇਦਾਰ ਹੈ ਜੋ ਆ ਉਥੋਂ ਦਾ ਕੋ ਵੱਡਾ ਨੰਬਰਦਾਰ ਹੈ ਜਾਂ ਉਥੋਂ ਦਾ ਕੋ ਬਾਸਰ ਆਦਮੀ ਹੈ ਉਹਨੇ ਡਾਕਟਰ ਦੇ ਜਮੇ ਇੱਕੋ ਡਿਊਟੀ ਲਈ ਆਉਣਾ ਹੈਗਾ ਭਵਾਂ ਜੇ ਘਰ ਜਾ ਕੇ ਸੁੱਤੇ ਰਹੋ ਜੋ ਮਰਜ਼ੀ ਕਰੋ ਪਰ ਜਦੋਂ ਸਾਨੂੰ ਖੰਗ ਵੀ ਆਵੇ ਤੇ ਫੌਰਨ ਠਗਾ ਠਗ ਮੋਟਰਸਾਈਕਲ ਚਲਾਓ ਤਸੱਦ ਆ ਕੇ ਸਾਡੀ ਨਬਜ਼ ਵੇਖੋ ਚੱਲ ਵੀ ਰਹੀ ਹੈ ਕਿ ਨਹੀਂ ਚੱਲ ਰਹੀ। ਲੱਗਦਾ ਹੁੰਦਾ ਕੀ ਹੈ ਕਿ ਬੁਨਿਆਦੀ ਮਰکز ਸਿਹਤ ਜੜੇ ਨੇ। ਮੁਕਾਮੀ ਸਤਾ ਤੇ ਜੜੀਆਂ ਡਿਸਪੈਂਸਰੀਆਂ ਬਣੀਆਂ ਨੇ। ਉਹ ਵੇਲੀਆਂ ਰਹੰਦੀਆਂ ਨੇ ਤੇ ਮਰੀਜ਼ ਜਦੋਂ ਉਸ ਹਾਲਤ ਨੂੰ ਪਹੁੰਚ ਜਾਂਦਾ ਹੈ ਕਿ ਉਹਦੇ ਸਿਰਫ 5-7 ਦਿਨ ਵਿੱਚ ਸਾਂ ਹੀ ਰਹਿ ਜਾਂਦੇ ਨੇ। ਫਿਰ ਉਹਨੂੰ ਟਰਾਲੀ ਦੇ ਲਾਦੇ ਨੇ ਤੇ ਸ਼ਹਿਰ ਲੈਟਰ ਦੇ। ਜਿਸ ਮਰੀਜ਼ ਨੇ ਬਚਣਾ ਵੀ ਹੋਵੇ ਟਰਾਲੀ ਦੇ ਛੇਕ ਝਟਕੇ ਲੱਗੇ ਆ ਉਹਦਾ ਸਾਹ ਉਹਦਾ ਬਾਹਰ ਗੋਲੀ ਅੰਦਰ ਦਮ ਜਲਿੰਦਰ ਬਾਹਰ ਕਿ ਗੋਲੀ ਅੰਦਰ ਦਮ ਜਲਿੰਦਰ ਕਿ ਜੋ ਬਚਣਾ ਸੀ ਮਰੀਜ਼ ਉਹ ਟਰਾਲੀ ਦੇ ਝਟਕਿਆਂ 'ਚ ਫੌਤ ਹੋ ਗਿਆ ਸ਼ਹਿਰ ਦਾ ਹਸਪਤਾਲ ਵੀ ਨਾ ਪਹੁੰਚਿਆ ਇਸ ਲਈ ਬਿਹਤਰ ਇਹ ਹੈ ਕਿ ਆਪਣੇ ਵਸੀਲਿਆਂ ਦੇ ਮੁਤਾਬਕ ਆਪਣੀ ਆਬਾਦੀ ਨੂੰ ਕੰਟਰੋਲ ਕਰੋ ਇਹ ਨਹੀਂ ਕਿ ਮਾਸ਼ਾਅੱਲਾ ਜੀ ਉਹ ਮੇਰੇ 6 ਨਿਆਣੇ ਹੋ ਗਏ ਨੇ ਕੁ 2.5 ਸਾਲ ਬਾਅਦ ਮੇਲੇ ਅਖੀਏ 8 ਹੋ ਗਏ ਨੇ ਹੋਰ 2.5 ਸਾਲਾਂ ਬਾਅਦ ਮੇਲੇ ਅਖੀਏ ਨਿਆਣੇ 9-10 ਹੋ ਗਏ ਨੇ ਆਬਾਦੀ ਵਧਾਈ ਜਾ ਰਹੀ ਨੇ ਆਬਾਦੀ ਵਧਾਈ ਜਾ ਰਹੀ ਨੇ ਨਾ ਬੱਚਿਆਂ ਨੂੰ ਤਾਲੀਮ ਪ੍ਰਾਪਰ ਦਿੱਤੀ ਜਾ ਰਹੀ ਏ ਨਾ ਬੱਚਿਆਂ ਲਈ ਬਿਹਤਰ ਹੈਲਥ ਦੇ ਜਿਹੜੇ ਉਹਨੂੰ ਵਸੀਲੇ ਲੱਭਨੇ ਚਾਹੀਦੇ ਨੇ ਨਾ ਉਸ ਪਾਸੇ ਕੋਈ ਟੀ ਅਬਾਦੀ ਵਧਾਈ ਜਾ ਨਿਆਣੇ ਵਧਾਈ ਜਾ ਐਸ ਲਈ ਕਿ ਐਸ ਵੇਲੇ ਜੋ ਇੱਕ ਮੈਗਮਾ ਸਾਡੇ ਪੰਜਾਬ ਵਿੱਚ ਮੌਜੂਦ ਹੈ ਮਹਿਕਮਾ ਬੈਬੂ ਦੇ ਆਬਾਦੀ ਨੂੰ ਕਹਿੰਦੇ ਨੇ ਫੈਮਿਲੀ ਪਲਾਨਿੰਗ ਦਾ ਮਹਿਕਮਾ ਵੀ ਕਹਿੰਦੇ ਨੇ ਮਨਸੂਬਾ ਬੰਦੀ ਦਾ ਮਹਿਕਮਾ ਵੀ ਕਹਿੰਦੇ ਨੇ ਉਸ ਮਹਿਕਮੇ ਨੇ ਘੱਟੋ ਘੱਟ 6 ਕਿਸਮ ਦੇ ਐਸੇ ਪ੍ਰੋਜੈਕਟ ਸ਼ੁਰੂ ਕੀਤੇ ਨੇ ਕਿ ਜਿੱਥੇ ਜਾ ਕੇ ਤੁਸੀਂ ਨਾ ਸਿਰਫ ਇਹ ਕਿ ਆਬਾਦੀ ਨੂੰ ਕੰਟਰੋਲ ਕਰਨ ਦੇ ਫਾਰਮੂਲੇ ਪੁੱਛ ਸਕਣੇ ਬਲਕਿ ਛੋਟੀ ਮੋਟੀ ਬਿਮਾਰੀ ਦਾ ਇਲਾਜ ਵੀ ਉੱਥੇ ਤੁਹਾਡੇ ਲਈ ਮਮਕਨ ਹੈ ਕਿ ਤੁਹਾਨੂੰ ਉੱਥੇ ਮੌਜੂਦ ਜਿਹੜਾ ਇੱਕ ਟ੍ਰੇਨ ਡਾਕਟਰ ਹੈ ਉਹ ਵੀ ਤੁਹਾਨੂੰ ਕੋਈ ਬਿਹਤਰ ਗਾਈਡੈਂਸ ਦੇ ਸਕਦਾ ਦਵਾਈ ਦੇ ਸਕਦਾ ਸਮਝਾ ਸਕਦਾ ਬਿਹਤਰ ਇਲਾਜ ਸਕਦਾ ਪਰ ਅਸੀਂ ਪ੍ਰੋਵਾਈਡ ਨਹੀਂ ਕਰਦੇ ਭਾਵੇਂ ਯੂਨੋ ਛੜ ਯੂਨੋ ਦਾ ਅੱਬਾ ਵੀ ਬਹਿਬੂਦੇ ਆਬਾਦੀ ਦੇ ਹਿਸਾਬ ਦੇ ਨਾਲ ਹਰ ਸਾਲ ਇੱਕ ਹਫਤਾ ਕਿ ਪੂਰਾ ਮਹੀਨਾ ਪੂਰਾ ਸਾਲ ਮਨਾਈ ਰੱਖੇ ਸਾਨੂੰ ਪ੍ਰੋਵਾਈਡ ਕੋਈ इसलिए कि साढ़े को इस किस्म के साढ़े माशी हालात ने सा तफरी का एक ही जरिया रेह गया रजिस्टर चुगो हर साल न्याण की तादाद बधाई जाओ सोचे जाओ कि एदकी की ना रखना ऐदकी की ना रखना ऐदकी की ना रखना है दसा साल बाद पता ये लगता है कि न्याणे कब्रस्त जान कब्रस्तान जाके पुछ रहे हैं के कि दसो किबर के कतबाबाजी ना दिखाया जाए इसलिए बेहतर है ਉਹ ਕਦਰ ਸਨ ਹੈ ਕਿ ਨਿਆਣੇ ਘਾਟ ਨਿਆਣੇ ਚੰਗੇ ਕਿ ਤੁਸੀਂ ਵੀ ਆਬਾਦੀ ਤੇ ਕੰਟਰੋਲ ਕਰੋ ਐਸ ਲਈ ਕਿ ਤੁਹਾਡੇ ਜਿੰਨੇ ਵਸੀਲੇ ਹਨ ਉਹਦੇ ਮੁਤਾਬਕ ਆਬਾਦੀ ਵਧਾਓ ਤਾਂ ਕਿ ਆਉਣ ਵਾਲੇ ਬੱਚੇ ਇਸ ਦੁਨੀਆ ਦੇ ਵਿੱਚ ਆਪਣੇ ਹਕੂਕ ਤੋਂ ਮਹਿਰੂਮ ਨਾ ਰਹਿ ਜਾਣ ਬਿਹਤਰ ਸਿਹਤ ਮਿਲੇ ਬਿਹਤਰ تعلیم ਮਿਲੇ ਉਹਨਾਂ ਦੇ ਉਹ ਸਾਰੇ ਹਕੂਕ ਪੂਰੇ ਹੋਣ ਜੋ ਕਿ ਉਹਨਾਂ ਦਾ ਹੱਕ ਬੰਦ ਹੈ ਪਰ ਸਾਨੂੰ ਤੇ ਪਰਵਾਹੀ ਕੋਈ ਨਹੀਂ ਅਸੀਂ ਤਾਂ ਲਿਸਟ ਫੜੀ ਆ ਵਿਆਹ ਤੋਂ ਬਾਅਦ ਬਲਕਿ ਵਿਆਹ ਤੋਂ ਪਹਿਲਾਂ ਹੀ ਸੋਚ ਲੈਣਾ ਹੈ ਕਿ ਯਾਰ ਕੀ ਖਿਆਲ ਹੈ ਕਿ ਕਮਜ਼ ਕਮ 11 ਬੱਚੇ ਹੋਣ ਤਾਂ ਕਿ ਘਰ ਦੀ 11 ਟੀਮ ਤਿਆਰ ਹੋਵੇ ਬਲਕਿ 12ਵਾਂ ਵੀ ਹੋਣਾ ਚਾਹੀਦਾ ਹੈ ਕਿ 12ਵਾਂ ਖਿਡਾਰੀ ਵੀ ਔਖੇ ਵੇਲੇ ਲਈ ਗਰਾਊਂਡ ਤੋਂ ਬਾਹਰ ਖੜਾ ਹੋਵੇ ਬਲਕਿ ਇੱਕ ਖਿਡਾਰੀ ਹੋਰ ਵੀ ਹੋਣਾ ਚਾਹੀਦਾ ਅੱਗੇ ਨਿਆਣੇ 12 ਛੱਡ 13 ਹੋਣੇ ਚਾਹੀਦੇ ਨੇ ਤਾਂ ਕਿ ਕਰਦਾ ਹੀ ਅੰਪਾਇਰ ਹੋਵੇ ਬਾਲ ਟੈਂਪਰਿੰਗ ਵੇਲੇ ਵੀ ਕੰਮ ਕੋ ਥੋੜਾ ਜਿਹਾ ਸੌਖਾ ਰਹਿੰਦਾ ਤੇ ਸਭ ਆਦਰ ਗੱਲ ਐ ਨਿੱਕੀ ਜਾਈ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ ਮੈਨੂੰ ਤੇ ਕੋਈ ਸਮਝ ਨਹੀਂ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ ਕਹਾਣੀ ਬੰਨੇ ਲਾਓ ਗੱਲ ਨਿੱਕੀ ਜਾਈ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ